ਤੁਹਾਡਾ ਕੁੜਤਾ ਪਜਾਮਾ ਕੱਢ ਕੇ ਰੱਖਦਾ? ਹਾਂਜੀ ਰੱਖ ਦੋ। ਦੁਪਹਿਰੇ ਜੇ ਨਾ ਆਪਣੇ ਬੀਜੀ ਰੋਈ ਜਾਂਦੇ ਸੀ। ਕਿਉਂ? ਉਹਨਾਂ ਨੂੰ ਨਾ ਆਪਣੇ ਨਾਨਕਿਆਂ ਦੀ ਯਾਦ ਆਉਂਦੀ ਸੀ। ਉਹ ਹੁਣ ਆਪਣੇ ਜਮੇ ਹੀ ਨਹੀਂ ਆਉਂਦੇ ਜਾਂਦੇ। ਨਹੀਂ, ਐਂ ਕਿਵੇਂ ਹੋ ਸਕਦਾ ਕੋਈ ਇੰਨੇ ਸਾਲ ਆਪਣੇ ਸਕਿਆਂ ਨੂੰ ਭੁੱਲ ਕੇ ਹੀ ਬਹਿ ਜੇ? ਐਂ ਤਾਂ ਫਿਰ ਦੁਨੀਆ ਹੀ ਰੁਕ ਜੂ। ਭੁੱਲੇ ਤਾਂ ਕਾਹਨੂੰ ਹੋਣੇ ਆ, ਯਾਦ ਤਾਂ ਕਰਦੇ ਹੀ ਹੋਣੇ ਆ। ਜਦੋਂ ਅਸੀਂ ਯਾਦ ਕਰਦੇ ਹਾਂ ਉਹ ਵੀ ਕਰਦੇ ਹੋਣੇ ਆ। ਨਾਲੇ ਗੁੱਡੀ, ਪਿਆਰ ਨਾ ਇਕੱਲਾ ਇੱਕ ਪਾਸਿਓਂ ਨਹੀਂ ਹੁੰਦਾ। ਜੇ ਹੁੰਦਾ ਤਾਂ ਦੋਨਾਂ ਪਾਸਿਆਂ ਤੋਂ ਬਰਾਬਰ ਹੁੰਦਾ, ਨਹੀਂ ਤਾਂ ਫਿਰ ਵਹਿਮ ਹੀ ਹੁੰਦਾ। ਮੈਨੂੰ ਤਾਂ ਅਜੇ ਵੀ ਐਂ ਲੱਗਦਾ ਵੀ ਜਿਵੇਂ ਕੱਲ੍ਹ ਦੀਆਂ ਗੱਲਾਂ। ਅੱਜ ਤੇਰੇ ਦੱਸੇ 'ਤੇ ਖਿਆਲ ਆਇਆ ਵੀ 16 ਸਾਲ ਹੋ ਗਏ। ਤੁਹਾਡਾ ਹੁਣ ਕਦੀ ਜੀ ਨਹੀਂ ਕਰਦਾ ਉੱਥੇ ਜਾਣ ਦਾ? ਮੇਰੇ ਖੰਭ ਹੁੰਦੇ ਨਾ, ਮੈਂ ਉੱਡ ਕੇ ਚਲੇ ਜਾਂਦਾ। ਜੇ ਮੇਰੇ ਵੀ ਹੁੰਦੇ ਮੈਂ ਵੀ ਤੁਹਾਡੇ ਨਾਲ ਹੀ ਉੱਡ ਜਾਣਾ ਸੀ। ਨਾ ਵੀਰੇ, ਇੰਨਾ ਕੁਝ ਜੋੜ ਕੇ ਕੀ ਹੋ ਜੂਗਾ ਭਲਾ? ਕੀ ਹੋ ਜੂਗਾ? ਉਹ ਭੈਣ ਮੇਰੀ, ਆ ਜਿੱਦਣ ਮੈਂ ਮਰਿਆ ਨਾ, ਫਿਰ ਚਾਰ ਬੰਦੇ ਇਹ ਕਹਿਣਗੇ ਬਈ ਕੋਈ ਸਰਮਾਏਦਾਰ ਬੰਦਾ ਮਰਿਆ। ਇੰਨੇ ਚੱਕਰਾਂ 'ਚ ਪੈਣ ਦੀ ਕੀ ਲੋੜ ਆ ਯਾਰ ਤੈਨੂੰ? ਤੂੰ ਅੱਜ ਮਰ, ਅਸੀਂ ਕਹਾਂਗੇ ਸਰਮਾਏਦਾਰ ਬੰਦਾ ਮਰ ਗਿਆ, ਸਰਮਾਏਦਾਰ ਬੰਦਾ ਮਰ ਗਿਆ। ਆ ਦੇਖ ਲਾ ਭੈਣ, ਐ ਮੈਨੂੰ ਮਾਰ ਕੇ ਰਾਜੀ ਆ। ਲੈ ਦੱਸ ਵੀਰੇ, ਇਹਦੇ ਕਹੇ ਤੇ ਕਿਤੇ ਤੂੰ ਮਰ ਜਾਏਗਾ? ਵੀ ਜੇ ਤੁਸੀਂ ਵੀ ਨਾਲ ਚੱਲਣਾ ਸੀ। ਪੁੱਤ, ਤੈਨੂੰ ਹਜੇ ਇਸ ਗੱਲ ਦੀ ਸਮਝ ਨਹੀਂ, ਮੈਂ ਤੇਰੇ ਪਾਪਾ ਤੋਂ ਬਿਨਾਂ ਨਹੀਂ ਜਾ ਸਕਦੀ। ਮੈਂ ਉਦੋਂ ਹੀ ਜਾਊਂਗੀ ਜਦੋਂ ਉਹ ਮੇਰੇ ਨਾਲ ਜਾਣਗੇ। ਨਾਲੇ ਤੂੰ ਚਲੀ ਗਈ ਤਾਂ ਮੈਨੂੰ ਲੱਗੂ ਮੈਂ ਆਪ ਹੀ ਚਲੀ ਗਈ। ਧਿਆਨ ਰੱਖਿਓ। ਚੰਗਾ ਵੀ ਜੀ। ਚੰਗਾ ਪੈਰੀ ਪੈਰੀ। ਗੁੱਡੀਆ, ਦਰਖਤ ਮੈਂ ਲਾਇਆ ਸੀ, ਕਿੱਡਾ ਵੱਡਾ ਹੋ ਗਿਆ। ਆਲਣੇ ਵੀ ਕਿੰਨੇ ਪੈਸੇ ਦਿੱਤੇ। ਸਹੀ ਗੱਲ ਆ। ਭਾਬੀਆਂ ਦੇ ਹੱਥ ਸੋਹਣੇ ਹੀ ਲੱਗਦੇ ਹੁੰਦੇ ਨੇ। ਤੇਰੀਆਂ ਮੌਜਾਂ ਨੇ। ਉਹੀ ਸੌਲੀ ਵਾਲਾ ਵਿਹੜਾ ਮਿਲ ਗਿਆ ਤੈਨੂੰ। ਭਾਬੀ, ਤੁਹਾਡੇ ਬਾਅਦ ਮੇਰੀ ਵਾਰੀ। ਉਹ ਮੇਰੀ ਵਾਰੀ ਕਿਆ? ਖੜੀ ਰਹਿ ਇੱਧਰ। ਉਹ ਤੂੰ ਖੜਾ ਰਹਿ, ਮੇਰੀ ਵਾਰੀ ਹੈ। ਇੱਕ ਮਿੰਟ ਖੜੀ ਰਹਿ ਤੂੰ। ਇੱਕ ਮਿੰਟ। ਦੀਪੀ ਦੀ ਵਾਰੀ ਹੈ ਮੇਰੇ ਤੋਂ ਬਾਅਦ, ਤੇਰੀ ਵਾਰੀ ਸਭ ਤੋਂ ਅਖੀਰ 'ਚ ਆਊ। ਕਿਉਂ? ਮੁੰਡਿਆਂ ਦੀ ਵਾਰੀ ਪਹਿਲਾਂ ਹੁੰਦੀ ਆ। ਕਿਉਂ? ਮੁੰਡੇ ਵਾਲੇ ਹੁੰਦੇ ਨੇ। ਉਹ ਕੁੜੀਆਂ ਡਰ ਡਰਪੋਕ ਹੁੰਦੀਆਂ ਨੇ ਤੇ ਮੁੰਡੇ ਬਹਾਦਰ। ਅੱਛਾ ਅੱਛਾ, ਬਹਾਦਰ। ਕਿੰਨੇ ਕੁ ਬਹਾਦਰ ਹੋ ਤੁਸੀਂ? ਪੂਰੇ। ਇੱਦਾਂ ਤਾਂ ਨਹੀਂ ਮੰਨਦੇ ਪਰ ਆਪਾਂ। ਹਾਂ, ਨਹੀਂ ਮੰਨਦੇ। ਪਹਿਲਾਂ ਬਹਾਦਰੀ ਵਾਲਾ ਕੁਝ ਕਰਕੇ ਦਿਖਾਓ। ਦੱਸੋ। ਉਹ ਕਾਂਡੀ ਦੱਸਦੀ ਆ ਮਿਸਤਰੀ ਜੀ ਦੀ? ਹਾਂਜੀ। ਉਹ ਚੱਕ ਕੇ ਲੁਕਾਉਣੀ ਆ? ਲੁਕਾ ਦਾਂਗੇ। ਨਾਲੇ ਸਿਮਨ ਚ ਪਾਣੀ ਮੋਣਾ ਪਾ ਦਾਂਗੇ। ਚੰਗਾ, ਚਲੋ ਚੰਗਾ ਫਿਰ। ਇੱਥੇ ਦੀ ਜਾਇਓ, ਮੱਲਕ ਦੇਣੀ ਦੀ ਜਾਇਓ ਮਗਰ ਦੀ। ਪਤਾ ਨਾ ਲੱਗੇ ਕਿ ਦੋ ਮਿੰਟ। ਚੱਲ ਚੱਲ। ਸਾਨੂੰ ਤਾਂ ਭਾਬੀ ਨੇ ਕਿਹਾ ਸੀ ਪਾਣੀ ਪਾਉਣ ਨੂੰ। ਚੱਲ ਵੇ, ਕਿਹਾ ਇਹਨਾਂ ਨੂੰ ਭਾਬੀ ਨੇ, ਦੇਖਾ ਕਿਵੇਂ ਗੱਲਾਂ ਬਣਾਉਂਦਾ। ਜੀਤੀ ਯਾਰ, ਅੱਜ ਤੋਂ ਬਾਅਦ ਭਾਬੀ ਦੀ ਕੋਈ ਗੱਲ ਨਹੀਂ ਮੰਨਣੀ। ਆਪਾਂ ਵੀ ਖੇਡਣਾ। ਅਸੀਂ ਨਹੀਂ ਖੜੋਣਾ, ਤੁਸੀਂ ਸਾਡੇ ਕੁੱਟ ਪਵਾ ਦਿੰਦੇ ਹੋ। ਉੱਲੀਆਂ ਲੈ ਇੱਧਰ। ਸੋਚ ਲਾ ਪੁੱਤ, ਵੀਰਾ ਤੇਰਾ ਬੱਤੇ ਲੈਣ ਗਿਆ, ਮਿਲਣਗੇ ਉਹਨੂੰ ਹੀ ਜਿਹੜਾ ਮੈਨੂੰ ਖੜਾਊ। ਹੈਂ, ਚਲੋ ਫਿਰ ਆ ਜਾਓ। ਪਹਿਲੀ ਵਾਰੀ ਮੇਰੀ, ਦੂਜੀ ਮੇਰੀ, ਤੀਜੀ ਮੇਰੀ, ਚੌਥੀ ਮੇਰੀ, ਬੈਂਕ ਤੋਂ ਬਾਅਦ ਮੇਰੀ ਹੈ। ਚਲੋ ਆ ਜਾਓ। ਚਲੋ। ਜਿਨ੍ਹਾਂ ਦੇ ਦਿਲ ਕਾਲੇ ਹੁੰਦੇ ਆ ਨਾ, ਰੱਬ ਆਪੇ ਉਹਨਾਂ ਦਾ ਮੂੰਹ ਕਾਲਾ ਕਰਦਾ। ਹਾਏ ਹਾਏ, ਆ
ਭੈਣ ਜੀ ਆ ਲੋ ਇਹਦੇ ਨਾਲ ਸਾਫ਼ ਕਰ। ਨਹੀਂ ਮੈਂ ਤਾਂ ਵਾਪਸ ਮੁੜਨਾ ਸੀ। ਮੈਂ ਕਰਦੀ ਹਾਂ। ਉਹ ਦੇਖ ਕੇ ਤੁਰੀ ਦਾ ਹੁੰਦਾ ਜੀ ਮਾੜਾ ਜਿਹਾ। ਉਹ ਗਲਤੀ ਤਾਂ ਚਲੋ ਸਾਡੀ ਸੀ। ਇਹ ਕੌਣ ਆ ਜਿਹੜੀ ਪੂਰਾ ਪੂਰਾ ਜੱਗ ਨਾਲ ਇੱਡੀ ਗੋਡ ਖੇਡ ਰਹੀ ਹੈ? ਭੈਣ ਜੀ ਇਹ ਸਾਡੀ ਭਾਣ ਜਨੂ ਹੈ, ਗੁੱਸਾ ਨਾ ਕਰੋ। ਸਤਿ ਸ੍ਰੀ ਅਕਾਲ ਜੀ। ਬੱਚੀ ਸਤਿ ਸ੍ਰੀ ਅਕਾਲ ਦੀ। ਨਹੀਂ ਰਾਜੀ ਤੇਰਾ ਬਹੁਤਾ ਇਹਦੇ ਨਾਲ ਸੇਲਪਣਾ ਤਾਂ ਨਹੀਂ। ਤੂੰ ਬਾਹਰ ਜਾਣਾ, ਰਾਜ ਕਰਨਾ ਰਾਜ। ਇਹਨਾਂ ਨੇ ਤਾਂ ਇੱਥੇ ਧੱਕੇ ਖਾਣੇ ਆ, ਅੱਖੀ ਦੋ ਨਹੀਂ ਖੇਡਣਾ। ਨਾਲੇ ਤੂੰ ਨਾ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮਣਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਕਾਕਾ ਮੈਂ ਸਿਆਣਿਆ ਨਹੀਂ, ਇਹ ਸਾਡਾ ਭਾਣਜਾ ਹੈ ਭੈਣ ਜੀ। ਅੱਛਾ, ਕਿਹੜੇ ਪਿੰਡੋਂ ਹੈ? ਨਰੈਣਗੜ੍ਹੋਂ ਹੈ ਜੀ। ਨਰੈਣਗੜ੍ਹ ਜਿਹੜਾ ਮਲੋਹ ਕੋਲੇ ਹੈ? ਹਾਂ ਜੀ। ਅੱਛਾ, ਨਰੈਣਗੜ੍ਹੀਆ ਸਰਦਾਰਾਂ 'ਚੋਂ ਹੈ ਤੁਸੀਂ? ਹਾਂ ਜੀ ਹਾਂ ਜੀ। ਤੁਹਾਡਾ ਤਾਂ ਭਾਈ ਬਥੇਰਾ ਨਾਂ ਸੁਣਿਆ। ਇਹ ਬੇਟੀ ਤੁਹਾਡੇ ਘਰੋਂ ਹੋਣੀ ਹੈ? ਹਾਂ ਜੀ। ਸ਼ਾਬਾਸ਼, ਛੁੱਟੀਆਂ ਕੱਟਣ ਆਏ ਹੋਵੋਗੇ ਨਾਨਕੇ। ਚੱਲ ਭਾਈ, ਇਹ ਵੀ ਚੰਗੀ ਗੱਲ ਹੈ, ਜਵਾਕਾਂ ਨਾਲ ਖੇਡਣਾ ਚਾਹੀਦਾ। ਬੀਬਾ, ਰਾਜੀ ਨੂੰ ਵੀ ਹੁਣ ਬੈਠਣ ਉੱਠਣ ਦੇ ਤਰੀਕੇ ਸਿਖਾ ਦਿਓ। ਰਾਜੀ, ਉਹਦੀ ਭਾਬੀ ਕੋਲੋਂ ਕੁਝ ਸਿੱਖਿਆ ਕਰ, ਇਹਨੇ ਵੀ ਹੁਣ ਵੱਡੇ ਘਰ ਜਾਣਾ। ਚੱਲ ਭੈਣੇ, ਮੇਰਾ ਮੂੰਹ ਧਵਾ ਦੇ, ਕਵੇਲਾ ਹੁੰਦਾ। ਹਾਂ ਹਾਂ, ਚਲੋ ਭੈਣ ਜੀ। ਸਾਨੂੰ ਤਾਂ ਸੀ ਵੀਰ ਕੰਧਾਂ ਹੋਣੀਆਂ ਰੋਕ ਲੂਗਾ, ਪਰ ਵੀਰ ਤਾਂ ਆਪ ਹੀ ਵੰਡੀਆਂ ਪਾਉਣ ਲੱਗ ਗਿਆ। ਹੋਰ ਕਰੇ ਸਭ ਰਾਜੀ ਖੁਸ਼ੀਆਂ। ਕੋਈ ਨਾ ਬੁੱਕੇ, ਮੈਂ ਕੱਢਦੀ ਹਾਂ ਕੁਛ। ਓਏ ਬਹਾਦਰ ਸਿੰਘ, ਇੱਧਰ ਆ। ਖੁੰਡਾ ਦਿਸਦਾ ਪਿਆ? ਓਹ ਹਾਂਜੀ, ਉਹਨੂੰ ਚੱਕ ਕੇ ਨਾ ਲੁਕਾ ਦੇ ਟੋਕੇ ਵਾਲੀ ਮਸ਼ੀਨ 'ਚ। ਪਤਾ ਟੁੱਕੇ ਵਾਲੀ ਮਸ਼ੀਨ 'ਚ? ਹਾਂ, ਚੁੱਲ੍ਹੇ 'ਚ ਪਾ ਦੇ। ਚੁੱਲ੍ਹੇ 'ਚ ਪਾਦਾ? ਠੀਕ ਹੈ ਜੀ। ਹੁੰਦੀ ਰਹਿੰਦੀ ਹੈ। ਦੱਸੀ ਲਓ ਜੀ। ਕੱਪੜੇ ਬਦਲਣੇ ਪੈਣੇ ਆ। ਚੰਗਾ ਵੀ ਭਾਬੀ ਕਰਦਾ ਕੰਮ। ਖੁੰਡਾ ਕਿੱਥੇ ਆ? ਉਹ ਤਾਂ ਚੁੱਲ੍ਹੇ 'ਚ ਹੈ। ਚੁੱਲ੍ਹੇ 'ਚ ਕਾਹਤੋਂ ਪਾਤਾ? ਭਾਬੀ ਤੁਸੀਂ ਤਾਂ ਕਿਹਾ ਸੀ। ਮੈਂ ਕਦ ਕਿਹਾ? ਕੱਢ ਕੇ ਲਿਆ ਚੁੱਲ੍ਹੇ 'ਚੋਂ। ਉਹ ਤਾਂ ਹੁਣ ਫੂਕ ਗਿਆ ਹੋਣਾ। ਹਾਏ ਓ ਰੱਬਾ, ਫੂਕਤਾ। ਭਾਬੀ ਮੈਨੂੰ ਨਹੀਂ ਪਤਾ, ਮੈਂ ਤਾਂ ਤੁਹਾਡਾ ਨਾਮ ਲਾਣਾ। ਉਹ ਤਾਂ ਆਪਾਂ ਉੱਪਾ ਨਹੀਂ ਮੰਨਦੇ, ਜਿਹਨੇ ਕੀਤਾ ਉਹ ਹੀ ਭੁਗਤੇ। ਭਾਬੀ ਫਿਰ ਮੈਂ ਹੁਣੇ ਜਾ ਕੇ ਮੁਰਗਾ ਬਣ ਜਾ। ਬਣ ਜਾ, ਮਰਜ਼ੀ ਆ ਤੇਰੀ। ਜੇ ਲਤਾ ਨਾ ਕਰਿਆ ਕਰੋ, ਹੈ ਮੁਰਗੇ ਕਾਹਨੂੰ ਬਣੋ। ਹੈ ਭਲਵਾਨ, ਜੇ ਭਾਬੀ 4 ਦਿਨ ਹੋਰ ਨਾ ਨਾ ਗਈ, ਆਪਾਂ ਨੇ ਬਾਂਗਾ ਦੇਣ ਲੱਗ ਜਾਣਾ। ਸਹੀ ਗੱਲ ਹੈ ਯਾਰ, ਤੁਸੀਂ ਤਾਂ ਕਿਹਾ ਸੀ ਕੰਧਾਂ ਨਹੀਂ ਹੋਣ ਦੇਣੀਆਂ, ਹੁਣ ਆਪ ਮਾਮਾ ਜੀ ਹੁਣੀ ਨਾਲ ਰਲ ਗਏ। ਮਿਸਤਰੀ ਮਾਮਾ ਜੀ ਦੇ ਵੱਟੇ ਮਾਰ ਕੇ ਕੀ ਮਿਲ ਜੂ? ਗੁੱਡੀਏ ਕੰਧਾਂ ਮਾਮਾ ਜੀ ਹੁਣਾਂ ਦੇ ਦਿਲਾਂ 'ਤੇ ਹੋ ਰਹੀਆਂ ਨੇ, ਆਪਾਂ ਉੱਥੇ ਹੁਣ ਰੁਕਣੀਆਂ ਨੇ। ਆ ਵਿਹੜੇ ਵਾਲੀਆਂ ਤਾਂ ਆਪੇ ਰੁਕ ਜਾਣੀਆਂ ਨੇ। ਗਲਤੀਆਂ ਤਾਂ ਹੋ ਜਾਂਦੀਆਂ ਹੁੰਦੀਆਂ ਨੇ ਬੰਦੇ ਤੋਂ। ਤੁਸੀਂ ਤਾਂ ਨਾਰਾਜ਼ ਹੀ ਹੋ ਕੇ ਬਹਿ ਗਏ। ਨਾਰਾਜ਼ ਥੋੜੀ ਹਾਂ ਮੈਂ, ਉਹੀ ਤੈਨੂੰ ਤੰਗ ਕਰਦਾ ਸੀ। ਸੱਚੀ ਹੋਈ ਕਰਦੇ ਸੀ, ਰਾਜ਼ ਨਹੀਂ ਹੈਗੇ। ਕਦੇ ਕੋਈ ਆਪਣੀ ਰੂਹ ਤੋਂ ਵੀ ਨਾਰਾਜ਼ ਹੋਇਆ? ਹਾਂਜੀ। ਚੱਲ ਤੂੰ ਇਹ ਦੱਸ, ਕੁਲਫੀ ਖਾਣੀ ਹੈ? ਉਹ ਤਾਂ ਖਾ ਲੂੰਗੀ। ਆ ਜਾ ਫਿਰ। ਕੀ ਗੱਲ ਹੋਈ ਹੋ ਕੇ ਫੋਟੋਆਂ ਖਿੱਚਣੀਆਂ ਨੇ? ਤੂੰ ਕਿਹੜਾ ਹਿੰਮਾ ਮਾਰ ਲੈਣੀ ਆ ਫੋਟੋ ਖਿੱਚਣ ਨੂੰ? ਪਤਾ ਨਹੀਂ ਭਾਬੀ, ਮੈਨੂੰ ਤਾਂ ਇਹ ਟੱਬਰ ਦੀ ਸਮਝ ਨਹੀਂ ਆਉਂਦੀ। ਉੱਤੋਂ ਕਹਿੰਦੇ ਰਾਜ ਨਾਲ ਬਸ ਜਨਾਨੀਆਂ ਹੀ ਆਉਣ, ਕੋਈ ਬੰਦਾ ਨਾ ਆਵੇ, ਸਾਨੂੰ ਇਹਨੂੰ ਸੰਗ ਲੱਗੂ।
ਇਹੋ ਜਿਹਾ ਕੰਮ ਕਾਹਨੂੰ ਕਰਦੇ ਨੇ ਫਿਰ ਸੰਗ ਲਗੋ ਬਾਪੂ ਨੂੰ ਪਤਾ ਕਿੰਨਾ ਬੁਰਾ ਲੱਗਿਆ ਉਹ ਤਾਂ ਲੱਗਣਾ ਹੀ ਸੀ ਕਿਹਾ ਕਿ ਮਾਮਾ ਜੀ ਨੇ ਫਿਰ ਫਿਰ ਜਾਣਾ ਤਾਂ ਪੈਣਾ ਹੀ ਹੈ ਭਾਬੀ ਜਦੋਂ ਉਹਨਾਂ ਦਾ ਸਾਰਾ ਟੱਬਰ ਹੀ ਸੱਦੀ ਜਾਂਦਾ ਲੋਕਾਂ ਨੇ ਤਾਂ ਸ਼ਰਮ ਹੀ ਲਾਹੀ ਹੋਈ ਆ ਸੱਚੀ ਭਾਬੀ ਤੂੰ ਮੇਰੇ ਨਾਲ ਚੱਲ ਪਾ ਦੇਖੀ ਪਤਾ ਨਹੀਂ ਕੀ ਕਮਲ ਘੋਟੂ ਉਹ ਭਾਬੀ ਹਾੜੇ ਹਾੜੇ ਚੱਲ ਪਾ ਮੇਰੀ ਨਾ ਜਾਨ ਹੀ ਨਿਕਲੀ ਜਾਂਦੀ ਆ ਚੱਲ ਤੂੰ ਘਬਰਾ ਨਾ ਮੈਂ ਪੁੱਛਦੀ ਹਾਂ ਤੇਰੇ ਵੀਰੇ ਤੋਂ ਸਤਿ ਸ਼੍ਰੀ ਅਕਾਲ।